ਭੈਣੋ ਭਰਾਵੋ ਸਟੇਜ ਉੱਤੇ ਬੈਠੇ ਆਗੂ ਸਾਹਿਬਾਨ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 26 ਤਾਰੀਖ ਨੂੰ ਸਾਰੇ ਮਿਲ ਕੇ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਾਂ ਹਿੰਦੁਸਤਾਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ ਹੈ ਬਦਕਿਸਮਤੀ ਕਹਾਂਗੇ ਸੰਵਿਧਾਨ ਦੇ ਘਾੜਿਆਂ ਨੇ ਕਿਹਾ ਤਾਂ ਸੀ ਇਹ ਗਣਤੰਤਰ ਹੈ 26 ਜਨਵਰੀ ਗਣਤੰਤਰ ਦਿਵਸ ਹੈ ਜਿਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਲੋਕਾਂ ਦੀ ਭਾਗੀਦਾਰੀ ਸਭ ਤੋਂ ਵੱਧ ਹੋਣੀ ਚਾਹੀਦੀ ਹੈ ਪਹਿਲ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ ਪਰ ਜਿਨ੍ਹਾਂ ਦੇ ਹੱਥ ਹਮੇਸ਼ਾ ਤਾਕਤ ਰਹੀ ਉਹਨਾਂ ਲੋਕਾਂ ਨੇ ਆਮ ਲੋਕਾਂ ਨੂੰ ਇਹਨਾਂ ਇਸ ਸਮਾਗਮ ਤੋਂ ਹਮੇਸ਼ਾ ਦੂਰ ਰੱਖਿਆ ਇਹ ਤੁਹਾਡੀ ਤਪੱਸਿਆ ਹੈ ਇਹ ਤੁਹਾਡੀ ਮਿਹਨਤ ਹੈ 2 ਮਹੀਨੇ ਤੋਂ ਇੱਥੇ ਠੰਡ ਵਿੱਚ ਤੁਸੀਂ ਇੱਥੇ ਡੇਰੇ ਲਾਈ ਬੈਠੇ ਹੋ ਉਹਦਾ ਸਿੱਟਾ ਹੈ ਵੀ ਇਸ ਵਾਰੀ ਸਾਰੀ ਦੁਨੀਆ ਦੇਖੇਗੀ ਹਿੰਦੁਸਤਾਨ ਦੇ ਅਸਲੀ ਲੋਕ ਹਿੰਦੁਸਤਾਨ ਦਾ ਢਿੱਡ ਭਰਨ ਵਾਲੇ ਲੋਕ ਹਿੰਦੁਸਤਾਨ ਵਿੱਚ ਮਿਹਨਤ ਕਰਨ ਵਾਲੇ ਲੋਕ ਜਿਹੜੇ ਇਸ ਦਾ ਅਸਲੀ ਗਣ ਹੈ ਉਹ ਆਪਣਾ ਗਣਤੰਤਰ ਮਨਾਉਣਗੇ ਇਸ ਗਣਤੰਤਰ ਨੂੰ ਮਨਾਉਣ ਲਈ ਤੁਹਾਨੂੰ ਬਹੁਤ ਘਾਲਣਾ ਘਾਲਣੀ ਪਈ ਹੈ ਸਰਕਾਰ ਨੇ ਹਰ ਉਪਰਾਲਾ ਕੀਤਾ ਭਈ ਤੁਹਾਨੂੰ ਇਸ ਗਣਤੰਤਰ ਤੋਂ ਦੂਰ ਰੱਖਿਆ ਜਾਏ ਸਰਕਾਰ ਨੇ ਹਰ ਸੰਭਵ ਕੋਸ਼ਿਸ਼ ਕੀਤੀ ਕਿਉਂਕਿ ਸਾਰੀਆਂ ਸੁਰੱਖਿਆ ਏਜੰਸੀਆਂ ਸਰਕਾਰ ਦੇ ਕੋਲ ਇਹ ਸਾਰੇ ਸਾਧਨ ਹੁੰਦੇ ਨੇ ਅਸੀਂ ਉਹ ਇਹਨਾਂ ਲੋਕਾਂ ਨੂੰ ਚੁਣ ਕੇ ਸਰਕਾਰ ਚਲਾਉਣ ਲਈ ਇਹਨਾਂ ਨੂੰ ਸੰਸਦ ਵਿੱਚ ਭੇਜਦੇ ਹਾਂ ਇਹ ਅਧਿਕਾਰ ਦਿੰਦੇ ਹਾਂ ਪਰ ਬਦਕਿਸਮਤੀ ਹੈ ਇਸ ਦੇਸ਼ ਦੀ ਪਿਛਲੇ 70-72 ਸਾਲਾਂ ਵਿੱਚ ਹਮੇਸ਼ਾ ਉਹਨਾਂ ਲੋਕਾਂ ਨੇ ਆਪਣੇ ਅਧਿਕਾਰਾਂ ਦੀ ਜਿਹੜੇ ਲੋਕਾਂ ਨੇ ਅਧਿਕਾਰ ਦਿੱਤੇ ਉਹਦੀ ਦੁਰਵਰਤੋਂ ਕੀਤੀ ਔਰ ਲੋਕਾਂ ਨੂੰ ਹਮੇਸ਼ਾ ਸੱਤਾ ਦਾ ਆਨੰਦ ਭੋਗਣ ਵਾਲਿਆਂ ਤੋਂ ਦੂਰ ਰੱਖਣ ਲਈ ਆ ਸਿਕਿਉਰਿਟੀ ਫੋਰਸਿਸ ਰਾਹੀਂ ਇੱਕ ਲਕਸ਼ਣ ਰੇਖਾ ਬਣਾ ਕੇ ਰੱਖੀ ਤੁਸੀਂ ਇਸ ਗੱਲ 'ਤੇ ਅੜ ਗਏ ਅਸੀਂ ਇਸ ਦੇਸ਼ ਦਾ ਢਿੱਡ ਭਰਨ ਵਾਲੇ ਲੋਕ ਹਾਂ ਸਾਡਾ ਅਧਿਕਾਰ ਹੈ ਦਿੱਲੀ ਸਾਡੀ ਰਾਜਧਾਨੀ ਹੈ ਅਸੀਂ ਉੱਥੇ ਆਪਣਾ ਗਣਤੰਤਰ ਮਨਾਵਾਂਗੇ ਗਣਤੰਤਰ ਦਿਵਸ ਮਨਾਵਾਂਗੇ ਉਹਦਾ ਨਤੀਜਾ ਭਾਈ ਕੱਲ੍ਹ ਸਰਕਾਰ ਨੂੰ ਝੁਕਣਾ ਪੈ ਗਿਆ ਕੱਲ੍ਹ ਰਾਤੀ ਤੱਕ ਉਹਨਾਂ ਨੇ ਬਹਿਸ ਜਾਰੀ ਰੱਖੀ ਆਖਿਰ ਅਸੀਂ 6 ਨਾਕਿਆਂ 'ਤੇ ਬੈਠੇ ਹਾਂ 6 ਹੀ ਨਾਕਿਆਂ ਤੋਂ ਕਿਸਾਨ ਆਪਣੇ ਟਰੈਕਟਰਾਂ 'ਤੇ ਦਿੱਲੀ ਦੇ ਅੰਦਰ ਕੋਈ 100-100 ਕਿਲੋਮੀਟਰ ਦਾ ਰੂਟ ਤੈਅ ਹੋਇਆ ਹਰੇਕ ਨਾਕੇ ਲਈ ਗਣਤੰਤਰ ਪਰੇਡ ਕਰਨ ਲਈ ਜਾਏਗਾ ਸੋ ਮੈਂ ਇੱਥੇ ਜਿੱਥੇ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਉੱਥੇ ਇੱਕ ਤੁਹਾਡੇ ਚਰਨਾਂ ਵਿੱਚ ਬੇਨਤੀ ਵੀ ਕਰਨੀ ਹੈ ਬੇਨਤੀ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਗਣਤੰਤਰ ਦਿਵਸ ਨੂੰ ਅਸਲੀ ਗਣ ਅਸਲੀ ਲੋਕ ਜਦੋਂ ਮਨਾਉਣਗੇ ਯਾਦ ਰੱਖਿਓ ਤੁਹਾਨੂੰ ਸਾਰੀ ਦੁਨੀਆ ਨੇ ਦੇਖਣਾ ਮੇਰੀ ਜਾਣਕਾਰੀ ਅਨੁਸਾਰ ਭਾਰਤ ਤੋਂ ਬਾਹਰੋਂ ਕੋਈ 1000 TV ਚੈਨਲ ਇੱਥੇ ਦਿੱਲੀ ਪਹੁੰਚ ਗਏ ਨੇ ਜਿਹੜੇ ਤੁਹਾਡੀ ਗਣਤੰਤਰ ਦਿਵਸ ਦੀ ਪਰੇਡ ਨੂੰ ਸਾਰੀ ਦੁਨੀਆ 'ਚ ਦਿਖਾਉਣਗੇ ਇਸ ਲਈ ਮੈਨੂੰ ਹਮੇਸ਼ਾ ਤੁਹਾਡੇ 'ਤੇ ਵਿਸ਼ਵਾਸ ਰਿਹਾ ਤੁਹਾਡੇ ਵਿਸ਼ਵਾਸ ਸਦਕਾ ਹੀ ਹਮੇਸ਼ਾ ਇਹ ਅੰਦੋਲਨ ਅੱਗੇ ਵਧਿਆ ਔਰ ਮੈਂ ਇਸ ਗੱਲ ਦਾ ਧਾਰਨੀ ਹਾਂ ਇਹ ਅੰਦੋਲਨ ਅਸੀਂ ਨਹੀਂ ਚਲਾ ਰਹੇ ਇੱਕ ਤਾਂ ਤੁਸੀਂ ਚਲਾ ਰਹੇ ਹੋ ਇੱਕ ਅਕਾਲ ਪੁਰਖ ਦੀ ਮਿਹਰ ਹੈ
अकाल पुरख की मेहर तो बिना एडी वड्डी पद्धर ते ए अंदोलन अगे वध नहीं सी सकदा। जिन्नी वड्डी गिणती विच तुसी इत्थे आए हो, जिन्नी वड्डी गिणती विच लोकी मनो होके तुहाडे नाल जुड़े ने, ए बिना अकाल पुरख की मेहर ते संभव ही नहीं। कोई इत्थे दा जीव कोई जिड्डी मर्जी हैंकड़ लई फिरे, इस तरह शांतमई तरीके नाल किसे दी शक्ति नहीं किसे अंदोलन नूं चलाउणा। मैं समझदा अकाल पुरख का कोई कौतक समझना चाहिए है इस धरती ते, जिन्हें सारे लोगों नूं सुधबुद्धि बख्शी, जिन्हें सारे लोगों के अंदर एक जज्बा भरिया भी लड़ना भी है, लड़ना भी गुरु साहबान के दसे रस्ते अनुसार है। मैं जिथे तुहानू देख रहा पंजाब पंजाब च बसन वाले लोग इस अंदोलन का आधार बने, इस अंदोलन का धुरा बने। पंजाब तो बाहर निकल के तुसी हरियाणे नू गलवकड़ी पाई, तुहाडे हरियाणे वाले भरा तुहाडियां बाहां बने। सरकार कहिंदी सी ये अंदोलन सिर्फ पंजाबियां दा है, फिर कहन लगी ये पंजाब ते हरियाणे वालियां दा है, हाले भी वह कही जाती है। पर वारे वारे जाइए उस अकाल पुरख दे मनुखता की लड़ी जोड़ के महाराष्ट्र तो 2000 का जत्था पैदल तुर के आके इस अंदोलन च शामिल होया। उड़ीसा का एक बहुत वड्डा जत्था दो तीन सूबियां विच ही चल के जदों यूपी च बढ़िया, योगी आदित्यनाथ की सरकार ने पूरी टिल लाई, उन्होंने इधर उधर चार दिन अगे पुलिस पिछे पुलिस चार दिन घुमाते रहे और कल वो तुहाडे इस अंदोलन विच आके शामिल हो गए उड़ीसा तो। केरला का जत्था तुहाडे जयपुर वाली सड़क ते शाहजहांपुर कोल पैदल तुर के उत्थे आके शामिल होया। की दसा सारे देश विच सरकार दे खिलाफ खलबली मची हुई है, सरकार जो मर्जी आखे पर अज सारा देश उबल रहा है। मैं एक मीटिंग विच एक गल कही सी, तीन मंत्रियों नूं बैठे सी आ पिछली मीटिंग च कही सी, मैनू एक फिल्म का गीत याद आ गया। मैं उन्होंने कहा मेरे ते कसर है आ दो दिन का मेरे दिमाग च एक गीत घूम रहा है, थोड़े चो भी बहुत सारे ने सुनिया होना है, सजन रे झूठ मत बोलो खुदा के पास जाना है, ना हाथी है ना घोड़ा है वहां पैदल ही जाना है। मैं क्या तुसी इत्थे कुर्सियां ते बैठे हो कोई पिछले जन्म का पुन किया होना है, अकाल पुरख ने तुहानू इह कुर्सियां बख्शतियां पर हिसाब देना पऊ। जिहड़े 150 किसान इत्थे शहीदियां पा गए उन्हां दियां आत्मावां ने तुहानू चैन नहीं लैण देनी, अकाल पुरख अगे उन्हां दा हिसाब तुहानू सारिआं नूं देना पऊ। सिर सिट दे दित्ते सी मंत्रियां ने एडी वड्डी तपस्या और फिर ताकत दे नशे विच आकड़ च रहना अंदोलन किया। मैनू इस गल की पहले दिन तो तसली सी, फिर अज तो मैं तुहानू वधाई दिना, जदों कोई अंदोलन करो जे उहदा आधार झूठ होवे तुहानू कदे सफलता नहीं मिल सकती, जे आधार सच्चाई उत्ते आधारित होवे कोई दुनिया की ताकत तुहानू हरा नहीं सकती, देर ला सकती है। अज तुहाडा जो कुछ तुसी जिहड़े काम लई आए सी ਉਹ ਤੁਸੀਂ ਸਰਕਾਰ ਨੂੰ ਝੁਕਾ ਦਿੱਤਾ, ਸਾਬਤ ਕਰ ਦਿੱਤਾ ਭਈ ਉਹਦਾ ਆਧਾਰ ਬਿਲਕੁਲ ਸੱਚਾਈ ਤੇ ਆਧਾਰਿਤ ਔਰ ਦਰੁਸਤ ਹੈ। ਇਹੋ ਵਜ੍ਹਾ ਹੈ
ਉਹ ਸਾਨੂੰ ਹੁਣ ਮੀਟਿੰਗ 'ਚ ਕਹਿੰਦੇ ਨੇ ਭਾਈ ਜੀ ਸਾਨੂੰ ਰਿਪੀਲ ਸ਼ਬਦ ਤੋਂ ਸਾਡੀ ਬੇਇੱਜ਼ਤੀ ਹੁੰਦੀ ਹੈ, ਇਹਨੂੰ ਮੁਕਾਉਣਾ ਕਾਨੂੰਨ ਨੂੰ, ਤਰੀਕਾ ਥੋੜ੍ਹਾ ਜਿਹਾ ਲੰਬਾ ਕਰ ਲਓ। ਅਸੀਂ 2 ਸਾਲ ਲਈ ਸੁਪਰੀਮ ਕੋਰਟ 'ਚ ਲਿਖ ਕੇ ਦੇ ਦਿੰਦੇ ਹਾਂ ਐਫੀਡੈਵਿਟ ਭਾਈ ਅਸੀਂ ਇਹ ਕਾਨੂੰਨ ਲਾਗੂ ਨਹੀਂ ਕਰਾਂਗੇ, ਸਸਪੈਂਡ ਕਰੀ ਰੱਖਾਂਗੇ। 2 ਸਾਲ ਤੋਂ ਬਾਅਦ ਜੇ ਹੋਰ ਵੀ ਸਮਾਂ ਵਧਾਉਣਾ ਪਿਆ ਵਧਾ ਦਿਆਂਗੇ, ਕਮੇਟੀ ਬਣਾਵਾਂਗੇ ਜਿਹੜੀ ਕਾਨੂੰਨ ਨੂੰ ਰਿਪੀਲ ਕਰਨ ਵਾਸਤੇ ਰਿਪੋਰਟ ਦਊ, ਹੋਰ ਕੁਝ ਨਹੀਂ, ਕਾਨੂੰਨ ਨੂੰ ਖਤਮ ਕਰਨ ਵਾਸਤੇ ਰਿਪੋਰਟ ਦਊ। ਤੋ ਮੈਂ ਇਸ ਮੀਟਿੰਗ 'ਚ ਕਿਹਾ ਵੀ ਜੇ ਤੁਸੀਂ ਮੰਨ ਹੀ ਗਏ ਹੋ ਰਿਪੀਲ ਕਰਨਾ 3 ਸਾਲ ਨੂੰ ਕਰਨਾ, ਅੱਜ ਕਰ ਦਿਓ, ਅੱਜ ਕਿਹੜਾ ਕੋਈ ਬ੍ਰੇਕਾਂ ਲੱਗਦੀਆਂ। ਬਦਕਿਸਮਤੀ ਹੈ ਇਸ ਦੇਸ਼ ਦੀ ਵੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਹੈਂਕੜਬਾਜ਼ ਹੈ, ਉਹਨੂੰ ਆਪਣੀ ਈਗੋ ਦੀ ਸਮੱਸਿਆ ਹੈ, ਉਹਨੂੰ ਆਪਣੀ ਹਉਮੈ ਦੀ ਸਮੱਸਿਆ ਹੈ। ਇੱਕ ਪਾਸੇ ਤਾਂ ਤੁਹਾਨੂੰ ਅੰਨਦਾਤਾ ਕਹਿੰਦੇ ਨੇ, ਮੈਂ ਤਾਂ ਇਹ ਵੀ ਕਿਹਾ ਸੀ ਵੀ ਮੈਨੂੰ ਸ਼ੱਕ ਨਹੀਂ ਯਕੀਨ ਹੈ ਤੁਸੀਂ ਗਲਤੋਂ ਉੱਤੋਂ ਹੀ ਅੰਨਦਾਤਾ ਕਹਿੰਦੇ ਹੋ, ਅੰਨਦਾਤਾ ਮੰਨਣ ਨਹੀਂ ਲੱਗੇ ਹਾਲੇ। ਅੰਨਦਾਤਾ ਰੱਬ ਤੋਂ ਬਾਅਦ ਦੂਜਾ ਰੂਪ ਹੈ ਜਿਹੜਾ ਜਿਉਂਦੇ ਰਹਿਣ ਲਈ ਖੁਰਾਕ ਪੈਦਾ ਕਰਕੇ ਤੁਹਾਨੂੰ ਦਿੰਦਾ ਹੈ, ਜਿਹ ਤੋਂ ਬਿਨਾਂ ਜਿੰਦਾ ਰਿਹਾ ਹੀ ਨਹੀਂ ਜਾ ਸਕਦਾ। ਅਤੇ ਜੇ ਤੁਸੀਂ ਉਹਨੂੰ ਸੱਚੀ ਮੁੱਚੀ ਅੰਨਦਾਤਾ ਕਹਿੰਦੇ ਹੋਵੋ ਤਾਂ 2 ਮਹੀਨੇ ਤੁਸੀਂ ਧਰਤੀ 'ਤੇ ਸੌਣ ਨੂੰ ਮਜਬੂਰ ਨਾ ਕਰਦੇ, ਇੰਨੀ ਠੰਡ ਵਿੱਚ ਧਰਤੀ 'ਤੇ ਸੌਣ ਨੂੰ ਮਜਬੂਰ ਨਾ ਕਰਦੇ। ਤਾਂ ਮੈਂ ਫਿਰ ਇੱਕ ਵਾਰ ਤੁਹਾਨੂੰ ਵਧਾਈ ਦਿੰਦਾ, ਜੋ ਜੋ ਅਸੀਂ ਮੰਗਾਂ ਉਠਾਈਆਂ ਉਹ ਸਾਰੀਆਂ ਮੰਨਦੇ ਨੇ। ਕਹਿੰਦੇ ਸ਼ਬਦ ਬਦਲ ਲਓ, ਅਸੀਂ ਕਿਹਾ ਸਾਡੇ ਸ਼ਬਦ ਤਾਂ ਉਹੀ ਰਹਿਣਗੇ, ਅਸੀਂ ਤਾਂ ਰਿਪੀਲ ਹੀ ਕਰਾਂਗੇ। ਅਸੀਂ 26 ਜਨਵਰੀ ਦਾ ਗਣਤੰਤਰ ਪਰੇਡ ਕਰਾਉਣ ਦਾ ਫੈਸਲਾ ਕੀਤਾ, ਇਹ ਤੋਂ ਪਿੱਟ ਉੱਠੇ, ਤੁਹਾਡਾ ਦਬਾਅ ਚੜ੍ਹਿਆ, ਜਦੋਂ ਰਿਪੋਰਟਾਂ ਆਉਣ ਲੱਗ ਗਈਆਂ ਭਾਈ 2 ਸੂਬੇ ਪੰਜਾਬ ਅਤੇ ਹਰਿਆਣਾ ਤਾਂ ਪੂਰੀ ਤਰ੍ਹਾਂ ਉੱਬਲਣ ਲੱਗੇ ਨੇ, ਯੂਪੀ ਵਿੱਚ ਜਿੰਨਾ ਮਰਜ਼ੀ ਦਬਾਅ ਹੈ, ਉੱਥੇ ਦੇ ਕਿਸਾਨ ਉੱਥੇ ਦੇ ਲੋਕ ਵੀ ਜਿਸ ਤਰ੍ਹਾਂ ਬਗਾਵਤ ਕਰਨੀ ਹੁੰਦੀ ਹੈ ਇੱਦਾਂ ਤਿਆਰ ਹੋਏ ਬੈਠੇ ਨੇ। ਰਾਜਸਥਾਨ 'ਚ ਸਰਕਾਰ ਨੂੰ ਭਾਜੜ ਪਾਈ ਪਈ ਹੈ ਅਤੇ ਹੌਲੀ ਹੌਲੀ ਆ ਕੇ ਕੱਲ੍ਹ ਰਾਤ ਕਹਿੰਦੇ ਜੀ ਗਣਤੰਤਰ ਦਿਵਸ ਦੀ ਪਰੇਡ ਤੁਸੀਂ ਕਰ ਲਓ, ਅਸੀਂ ਤੁਹਾਨੂੰ ਰੂਟ ਦਿੰਦੇ ਹਾਂ। ਇਹ ਐਡੀ ਵੱਡੀ ਜਿੱਤ ਨੂੰ ਆਪਣੇ ਵਿੱਚ ਸਮੋ ਕੇ ਤੁਸੀਂ ਆਪਣੇ ਆਪ ਨੂੰ ਸਾਰੀ ਦੁਨੀਆ ਨੂੰ ਦਿਖਾਉਣਾ ਹੈ। ਮੈਂ ਤੁਹਾਨੂੰ ਬੇਨਤੀ ਕਰਨ ਲੱਗਿਆ, ਸਾਰੀ ਦੁਨੀਆ ਦੇਖੇਗੀ ਤੁਹਾਨੂੰ 26 ਤਾਰੀਖ ਨੂੰ ਭਾਈ ਕਿਸਾਨ ਆਪਣਾ ਸਾਰੇ ਦੇਸ਼ ਵਾਸੀਆਂ ਦਾ ਹੱਕ ਲੈ ਕੇ ਕਿਵੇਂ ਆਪਣਾ ਗਣਤੰਤਰ ਦਿਵਸ ਮਨਾ ਰਹੇ ਨੇ। ਉਹਦੇ ਨਾਲ ਜ਼ਿੰਮੇਵਾਰੀਆਂ ਵੀ ਨੇ, ਸਰਕਾਰ ਦੀਆਂ ਏਜੰਸੀਆਂ ਪੱਬਾਂ ਭਾਰ ਹੋਈਆਂ। ਤੁਸੀਂ ਲੋਕ ਜਿਹੜੇ ਅੱਜ ਤੱਕ ਪਿਛਲੇ 7-8 ਮਹੀਨਿਆਂ ਤੋਂ ਅੰਦੋਲਨ 'ਚੋਂ ਜਿਹੜੇ ਸ਼ਾਂਤਮਈ ਰਹੇ, ਕਿਤੇ ਇੱਕ ਪੱਤਾ ਤੋੜਨ ਦੀ ਇੱਕ ਫੁੱਲ ਤੋੜਨ ਦੀ ਸ਼ਿਕਾਇਤ ਤੁਹਾਡੀ ਨਹੀਂ, ਉਹਨਾਂ ਨੂੰ ਇਹ ਸਿਹਰਾ ਨਾ ਜਾਏ ਇਹਦੇ ਲਈ ਸਰਕਾਰ ਦੀਆਂ ਏਜੰਸੀਆਂ ਦੀ ਢਿੱਲ ਲੱਗੀ ਹੋਈ ਹੈ। ਮੈਂ ਇਸ ਸਟੇਜ ਤੋਂ ਸਾਫ਼ ਕਰ ਦੇਣਾ ਚਾਹੁੰਦਾ, ਅਸੀਂ ਸ਼ਾਂਤਮਈ ਸੀ, ਸ਼ਾਂਤਮਈ ਹਾਂ, ਸ਼ਾਂਤਮਈ ਰਹਾਂਗੇ, ਪਰ ਜੇ ਕਿਤੇ ਕੋਈ ਗੜਬੜ ਹੋਈ ਉਹਦੀ ਜ਼ਿੰਮੇਵਾਰ ਸਰਕਾਰ ਅਤੇ ਸਰਕਾਰ ਦੀਆਂ ਏਜੰਸੀਆਂ ਹੋਣਗੀਆਂ, ਅਸੀਂ ਕਤਈ ਸ਼ਾਂਤੀ ਭੰਗ ਨਹੀਂ ਕਰਾਂਗੇ। ਇਹਦੇ ਲਈ ਅਸੀਂ ਕੱਲ੍ਹ ਬੈਠ ਕੇ ਪ੍ਰੋਗਰਾਮ ਉਲੀਕ ਰਹੇ ਸੀ, ਅਸੀਂ ਵੱਡੀ ਗਿਣਤੀ ਵਿੱਚ ਵਲੰਟੀਅਰ ਬਣਾਏ ਨੇ ਜਿਹੜੇ ਇਹ ਸਾਰੇ ਪ੍ਰੋਗਰਾਮ ਨੂੰ ਤੁਹਾਡੀ ਮਦਦ ਲਈ ਤੁਹਾਡੀ ਪਰੇਡ ਦੇ ਨਾਲ ਨਾਲ ਤੁਰਨਗੇ। ਅਸੀਂ ਤੁਹਾਡੇ ਲਈ ਕਿਸੇ ਨੂੰ ਕੋਈ ਸਰੀਰਕ ਤੌਰ 'ਤੇ ਮੁਸ਼ਕਲ ਆ ਜਾਏ ਉਹਦੇ ਲਈ ਐਂਬੂਲੈਂਸਾਂ ਵੱਡੀ ਪੱਧਰ 'ਤੇ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਹੈ। ਕਿਸੇ ਦਾ ਟਰੈਕਟਰ ਖਰਾਬ ਹੋ ਜਾਏ ਉਹਦੇ ਲਈ ਚੱਲਦੀ ਫਿਰਦੀਆਂ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਹੈ। ਸਾਡੀ ਕੋਸ਼ਿਸ਼ ਹੋਏਗੀ ਤੁਹਾਨੂੰ ਰਸਤੇ ਵਿੱਚ ਕੋਈ ਮੁਸ਼ਕਲ ਨਾ ਆਏ, ਉਹ ਸਾਰੇ ਪ੍ਰਬੰਧ ਅਸੀਂ ਆਪਣੇ ਵੱਲੋਂ ਕੀਤੇ ਨੇ, ਪਰ ਫਿਰ ਵੀ ਅਸੀਂ ਵੀ ਤੁਹਾਡੇ ਹੀ ਹਾਂ,
जे किते कमी रहेगी तो माफ कर दिओ, पर तुहाडे कोलों ये आस रखांगे भई जिन्ना साडे वल दुनिया देख रही है इस गल का एहसास रखियो। इको नारा देंगा जिन्ना अंदोलन शांतमई रहेगा उन्ना ही अंदोलन वड्डी सफलता हासिल करेगा, ते जे अंदोलन विच हिंसा आई उत्थे मोदी की जित हो जानी है। जेड़े लोग जेड़ियां एजेंसियां पब्बां भार हुई उन्हां दा ख्याल तुसी रखना है। तुहानू बेनती आ जेड़ियां ट्रालियां साडा एक तरह का पिंड वस गया है इसे तरह वसया रहना है, वापस आके इत्थे ही बैठना है। इतों जेड़ा ट्रैक्टर आसानी नाल निकल सकता उही कढ़ियो, नहीं ट्रैक्टर साढ़े को लखां दी तादाद विच पहुँच रहे ने, पहुँच गए और पहुँच रहे ने, और अज मुरथल तक टोटल सड़कां जाम हो गई ने इस सड़क ते, और यही हाल बाकी सड़कां ते है। पहले चार दिन पहला सरकार दे अधिकारी कहते सी जी 2 लख ट्रैक्टर आना है, तो हुण कल दे कहण लग गए जी 3 लख हो जाना है। सारे देश का किसान 26 जनवरी नूं गणतंत्र दिवस मनाउण लई आपो अपने साधन लैके दिल्ली नूं उमड़ पिया है। इस नाल इक तां तुहानूं बेनती है ट्रैक्टरां ते बहुते बंदे नहीं बैठने, 5-4 बंदे जिन्हां नूं तुसीं जाणदे हो उही बैठणगे, जिन्हूं तुसीं नहीं जाणदे उहनूं अपने ट्रैक्टर ते बैठण नहीं देना, पता नहीं उह कौण कित्थे दा होऊ। इस गल दा ख्याल रखना है, अपनियां ट्रालियां दे आले दुआले अज तो पहरा होर वधा देना है, क्योंकि दुश्मन बात करे अणहोनी। सरकारी एजेंसियां सरगर्म ने, चौकस रहना है, और सारिया ने चक्कर ला के वापस इत्थे आपो अपने टिकाने आना है। तो जेड़े ट्रैक्टर बाहरों अज आए ने या कल आए ने आ रहे ने उन्होंने बेनती है वापस नहीं जाना, इस तरह जितों सड़क पर चलो उत्थे ही जाके फिर ला देना, हो ही रहने दो जाम सारे हिंदुस्तान नू। तो इसलिए मेरी बेनती है सारिया ने अपनी आपो अपनी जिम्मेवारी का एहसास करके, जिस तरह पुलिस एडमिनिस्ट्रेशन का अंदाजा है भाई एडा वड्डा मार्च 48 घंटों तो पहला पूरा नहीं होना, चलो जिनी देर मर्जी लगे मार्च असी पूरा करना है, परेड असी पूरी करनी है, पर ख्याल इस गल का रखना है साढ़े विच कोई अनजान बंदी बंदा आके वड़े ना। इस गल का ख्याल रखना है भाई असी शांतमई पूरी तरह रहना है, सारिया ने इस गल ते शांतमई शब्द ते पहरा देना है। और जदों तुसी ये समाप्त किया है जी, समाप्ति हुई इस परेड की, सारी दुनिया तुहानू क्रैडिट देगी, सारी दुनिया तुहाडी वाहवा करेगी। इस तरह का इतिहास दुनिया के किसे देश विच नहीं रचिया गया। बोले अज तक दुनिया के किसे देश विच इस तरह का इतिहास नहीं रचिया गया। हैंकड़बाज मोदी सरकार जिन्ने दिन बिठाना चाहे असूली तौर पर मन चुकी है भाई तुहाडी गल बिल्कुल दुरुस्त है, जिनी देर बिठाना चाहे असी बैठांगे। 29 तारीख तो पार्लीमेंट का इजलास शुरू है, देखांगे किहड़ा MP साडे विरुद्ध बोलदा है, देखांगे किहड़ा जुरत करदा है साडे खिलाफ बोलण दी। उहनां नूं आपो अपने हलकां च भाजड़ां पावांगे जिहड़े साडे खिलाफ बोलणगे। इस वारी दा पार्लीमेंट दा इजलास भी एडा सौखा नहीं होएगा। याद रखो भरावो, मैं चेतावनी दिना पार्लीमेंट दे मैंबरां नूं जिहड़े इस वेले पार्लीमेंट च बैठे ने, साडी कल्ले कल्ले ते अख होएगी, जिन्हें एक शब्द भी साढ़े खिलाफ बोलिया उन्होंने 1000 शब्द के जवाब देंगे।
इस गणतंत्र दिवस से इस देश का गण लोग लोगों अपनी शक्ति का अंदाजा हो गया, उन्होंने समझ लेना चाहिए, लोगों अपनी ताकत का पता लग गया, अपने अधिकारों का पता लग गया, अपने हकों का पता लग गया। सानू कोई हुण मूर्ख बना नहीं सकता। एम पी असी चुन के भेज दिते, असी उन्होंने चुन के भेजा साडे हकों की राखी लई, साडे हकों के विरोध लई नहीं। मैं बार बार उन्होंने चेतावनी दिना, होशो हवास नाल पार्लीमेंट इजलास च जायो, ऐतकी कल्ले कल्ले ते साडी अख होएगी, जिहड़ा साडा विरोध करेगा वह ओदा जीना हराम कर देंगे। पर ए सारा कुछ ता होना है, सिर्फ ते सिर्फ ता होना है जे इस गल ते पहरा दोगे, अपनी जिम्मेवारी समझोगे। जेड़ा मैनू यकीन है तुसी हमेशा मेरी गल धरती ते नहीं डिगण दित्ती, संभाली है। जे शांतमी रहोगे, अपना आला दुआला शांत रखोगे, जिन्नी मर्जी मुश्किल जिहड़ी आ झलनी पै जाए, क्योंकि टाइम वध लै सकदा है, सवेरे लंगर छक के जल्दी तैयार हो जाए। एक तो किसी ने एक दूजे तो अगे ट्रैक्टर भजाने की कोशिश नहीं करनी, एक लाइन खाली रखनी है जितों एंबूलेंसा वगैरह जिहड़ा साडे तुहाडे वलंटियर ने किते मशीनरी की रिपेयर करने वाले ने उन्हां नूं एक लाइन खाली छड़नी है, उन्हां लई लोड पवे तो वह वरतों कर सकन। वाहिगुरु मेहर रखे लोड ना पवे, पर जे किसी नूं कोई तकलीफ हुंदी है एंबूलेंस रुकनी नहीं चाहीदी। और मेरी तुहानू सारयां नूं फिर सुनिमर बेनती है, खास तौर पर अपने नौजवान बच्चों, तुसी बचे हो 2 महीने विच दुनिया का रिकॉर्ड पैदा किया, जिवें तुसी इत्थे डिसिपलिन लिया, जिवें तुसी इत्थे सेवा की, मेरे को शब्द नहीं तुहाडी प्रशंसा करन लई, जिवें तुसी इत्थे कदे झाड़ू मारदे देखे गए, कदे ट्रैफिक कंट्रोल करदे देखे गए, कदे तुसी लंगरां च सेवा करदे देखे गए, ये अपने आप विच इक कुदरत दा अलौकिक नज़ारा है। जिहड़े लोग तुहानू बदनाम करदे सी उहनां लोकां दे मूँह ते चपेड़ मारी है तुसी इकट्ठे मिल के। सत श्री अकाल। तो मैं तुहाडे उत्ते एक वड्डी जिम्मेवारी पाउण लग्गिआं, तुसी इस अंदोलन शांतमई रखण दी जिम्मेवारी चकनी है, साडी नौजवान पीढ़ी ने यह जिम्मेवारी चकनी है, क्योंकि भविख तुहाडा है। अपने भविख नूं सुरक्षित करन लई इस गल दा ख्याल रखना है, सारी दुनिया विच तुहाडे उत्ते कोई कलंक ना लगे। 26 जनवरी की परेड नूं पूर्ण शांतमई रखण की जिम्मेवारी साडी नौजवान पीढ़ी दे उत्ते है। बहुत सारे लोग आउणगे उकसाउणगे, उन्हां नाल लड़ना नहीं, उन्हां नूं इक पासे करन की कोशिश करो, ते उन्हां दी गल इक कन्न तो सुन के दूजे कन्न कढ दिओ। इस गल का ख्याल रखियो, तुसी इक मिशन ते हो, वह मिशन सफल होना चाहिए, जिस मिशन नूं देखण लई दुनिया भर के चैनल, दुनिया भर दियां अक्खां तुहाडे उत्ते लगियां होणगियां। अपनी औलाद ते सब नूं विश्वास हुंदा, इस करके मैनूं तुहाडे ते विश्वास है, तां मैं बार बार तुहानूं इह तुहाडे जुम्मे कम ला रहा। मैं जिहड़े वीर ट्रैक्टर लेके आए ने, मेरी इतलाह मुताबक मुरथल तो अगे तक पूरा ट्रैफिक राती जाम हो गया सी। मेरी उन्हां सारे सज्जनां नूं मित्रां नूं बेनती है, इत्थे जिहड़े नौजवान सेवा कर रहे ने उन्हां नूं बेनती है, आ रस्ता जाम हो गया, इहदे नाल लंगर दा जिहड़ा राशन आउंदा सी उह भी रुक गया, बहुत बड़ी समस्या खड़ी होई है। लंगरां च पानी की सप्लाई बंद हो गई, लंगरां की सप्लाई बंद हो गई, जिहड़ियां विचाले ट्रालियां कढ़ाईआं प्यार नाल उहनां नूं इधर उधर करा के रस्ता बनाओ, ताकि लंगरां की रसद ना रुके, ताकि लंगरां दा दी या लोकां दी आवाजाई दे विच कोई मुश्किल ना आए। मैं तुहानूं फिर एक बार अखीर च यकीन दवाउणा, दुनिया की कोई ताकत नेचर का कुदरत का मुकाबला नहीं कर सकती।
अज ये अंदोलन नहीं कुदरत का कोई कौतक है। इस कौतक अगे मोदी का की वो तो वड्डे वड्डे नूं झुकना पएगा। सारी दुनिया लई नवीं मिसाल है। मैं उम्मीद करदा तुसी जित के घरां नूं जाओगे। इन्ना कहिंदा तुहाडे सारे कोलों खिमा चाहुंदा। सब का धन्नवाद। वाहिगुरू जी का खालसा, वाहिगुरू जी की फतेह।